इन अमदासिया सिख ते अमदासिया सिख ते मजहबी सिख बरादरी दे जिहड़ी रेजिमेंट खड़ी है ना सिख लाई उत्थों दे नौजवान सी इत्थे सूई फसदी है वितकरा क्यों की गल दस नहीं सकते सोशल मीडिया दे भी कि रेजीमेंट दे सी यार की तुहानू शर्म आउंदी है मजहबी सिख ते रमदासिया सिख कहिंदे नू भी वह सिख नौजवान है पर किसे सोशल मीडिया वाले ने किसे चैनल वाले ने किसे इलैक्ट्रॉनिक मीडिया वाले ने यह नहीं दस्या कि ये जवान जिहड़े शहीद होए है यह कि रेजीमेंट दे सी इत्थे सूई फसदी है बस आके ये नंजा आर आर सिख लाइट एंड अपने इनफेंट्री रेजीमेंट के जवान से जिन्हों के मजहबी सिख ते रमदासिया सिख है सिख लाइन इनफेंट्री दे जवान सी इनफेंट्री जिहड़ी सिख लाई है कौन आए ये हन मजहबी सिख ते रमदासिया सिखां दी वक्री एक रेजीमेंट खड़ी की गई अंग्रेजा वेले खड़ी की थी अंग्रेजा ने खड़ी की थी उन्हां बारे अज गल करांगे कि ये नौजवान कौन सन किसी मीडिया वाले ने किसी कड़म चौधरिया ने किसी फेसबुक विद्वान ने किसी ने नहीं दसिया इन्ना जरूर दसी गए हैं भी फौजी नौजवान सी पर किसी ने नहीं यह चानणा पाया कि यह कि बटालीयन के लोग सी कि रेजीमेंट के लोग सी ये हुण मैं तुहानू क्लीयर करदा है कि यह सिख लाई इनफेंट्री दे जवान सी इनफेंट्री जिहड़ी सिख लाई है कौन आए ये हन मजहबी सिख ते रमदासिया सिखां दी वक्री एक रेजीमेंट खड़ी की गई अंग्रेजा वेले खड़ी की सी अंग्रेजा ने खड़ी की सी इन्हां दी बहादरी देख के ते नंजा आर आर राष्ट्रीय रैफल नंजा आर आर दे जवान सी पर किसे सोशल मीडिया वाले ने किसे चैनल वाले ने किसे इलैक्ट्रॉनिक मीडिया वाले ने यह नहीं दस्या कि ये जवान जिहड़े शहीद होए है ये कि रेजीमेंट दे सी इत्थे सूई फसदी है बस आके ये नंजा आर आर सिख लाइट एंड अपने इनफेंट्री रेजीमेंट के जवान सी जिन्हां दे विच मजहबी सिख ते रमदासिया सिख है इन्हां नूं तुसीं सिख ही नहीं समझदे यार किसे ने दस्या इन्हां दे फौजी सिख नौजवानों की मौत हो गई फौजी नौजवानों की मौत हो गई वो दसो भी कि इनफेंट्री दे सी ये रमदासिया सिख ते रमदासिया सिख ते मजहबी सिख बरादरी दे जिहड़ी रेजीमेंट खड़ी है ना सिख लाई उत्थों दे नौजवान सी इत्थे सूई फसदी है वितकरा क्यों की गल दस नहीं सकते सोशल मीडिया दे भी कि रेजीमेंट दे सी यार की तुहानू शर्म आउंदी है मजहबी सिख ते रमदासिया सिख कहिंदे नू भी वह सिख नौजवान है ਕਿਹੜੇ ਲੋਕ ਆ ਯਾਰ ਜਿਨ੍ਹਾਂ ਨੇ ਇਹਨਾਂ ਦੀ ਆੜ ਦੇ ਵਿੱਚ ਜਿਹੜੇ ਕਿ ਸਿੱਖੀ ਦਾ ਘਣ ਕਰ ਰਹੇ ਆ ਇਹ ਕੌਣ ਲੋਕ ਆ ਇਹ 13 ਅਪ੍ਰੈਲ 1699 ਈਸਵੀ ਵਿੱਚ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੰਨੇ ਵੀ ਉੱਥੇ ਲੋਕ ਆਏ ਅੰਮ੍ਰਿਤ ਛਕ ਕੇ ਸਿੱਖ ਬਣ ਕੇ ਤੁਰ ਗਏ ਜਾਤ ਪਤ ਖਤਮ ਕਰਤੀ ਜਾਤ ਪਤ ਖਤਮ ਹੋ ਗਈ ਉਸ ਟਾਈਮ ਦੇ ਉੱਤੇ ਵੀ ਧੌਣ ਚ ਕਿੱਲੇ ਸੀਗੇ ਜਿਹੜੇ ਪਹਾੜੀ ਰਾਜੇ ਸੀ ਨਾ ਪਹਾੜੀ ਰਾਜੇ ਵੀ ਆਏ ਪਹਾੜੀ ਰਾਜਿਆਂ ਨੇ ਕਿਹਾ ਜੀ ਸਾਨੂੰ ਵੱਖਰੇ ਤੌਰ 'ਤੇ ਅੰਮ੍ਰਿਤ ਛਕਾਓ ਪਰ ਗੁਰੂ ਸਾਹਿਬ ਨੇ ਨਾ ਕਰਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕਰਤੀ ਵੀ ਤੁਹਾਨੂੰ ਵੱਖਰੇ ਤੌਰ 'ਤੇ ਅੰਮ੍ਰਿਤ ਛਕਾ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਊਗਾ ਅਤੇ ਉਹਨਾਂ ਨੇ ਰੰਜਿਸ਼ ਕਾਰਨ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਵਿਛੜ ਗਿਆ ਸੀ ਨਾ ਉਹਨਾਂ ਰਾਜਿਆਂ ਦੇ ਕਾਰਨ ਵਿਛੜੇ ਕਿਉਂਕਿ ਲੜਾਈਆਂ ਲੜੀਆਂ ਚਮਕੌਰ ਦੀ ਖੜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਦਾ ਉਦੋਂ ਵੀ ਜਾਤ ਪਾਤ ਸੀ ਇਹ ਕੌਣ ਆ ਕੜਮ ਚੌਧਰੀ ਹੈ ਕਿਉਂ ਨਹੀਂ ਦਿਖਾ ਰਹੇ ਵੀ ਇਹ ਸਿੱਖ ਲਾਈ ਇਨਫੈਂਟਰੀ ਦੇ ਜਵਾਨ ਸੀ ਇਹਨਾਂ ਦੇ ਵਿੱਚੋਂ ਇੱਕ ਚੜਿੱਕ ਦਾ ਨੌਜਵਾਨ ਇਹੋ ਜਿਹਾ ਨੌਜਵਾਨ ਹੈ ਜਿਹਦਾ 15-16 ਸਾਲ ਪਹਿਲਾਂ ਇਹਦੇ ਫਾਦਰ ਸਾਹਿਬ ਦੀ ਕਾਰਗਲ ਦੇ ਵਿੱਚ ਸ਼ਹੀਦ ਹੋਏ ਕਿਸੇ ਨੇ ਦਿਖਾਇਆ
ਪਿੰਡ ਦੇ ਵਿੱਚ ਜਾ ਯਾਰ ਇੱਥੇ ਮੌਤ ਹੋਈ ਹੈ ਇੱਕ ਫੌਜੀ ਨੌਜਵਾਨ ਦੀ ਅੱਛਾ ਉਹ ਵਿਹੜੇ ਵਾਲਿਆਂ ਦਾ ਮੁੰਡਾ ਯਾਰ ਹਾਂ ਹਾਂ ਵਿਹੜੇ ਵਾਲਿਆਂ ਦੇ ਮੁੰਡਿਆਂ ਦੀ ਯਾਰ ਇਹ ਕੀ ਜਵਾਬ ਹੈ ਹਾਂ ਹਾਂ ਸੱਚ ਯਾਰ ਚਮਿਆਰ ਦਾ ਚਮਿਆਰਾਂ ਦੇ ਮੁੰਡਿਆਂ ਦੀ ਚਮਿਆਰਾਂ ਦੇ ਮੁੰਡੇ ਦੀ ਇੱਕ ਦੀ ਡੈਥ ਹੋਈ ਹੈ ਯਾਰ ਫੌਜੀ ਨੌਜਵਾਨ ਸੀਗਾ ਉਹ ਯਾਰ ਕਿਹੜੇ ਚਮਿਆਰ ਗੁਰੂ ਸਾਹਿਬ ਨੇ ਤਾਂ ਜਾਤਾਂ ਖਤਮ ਕਰ ਦਿੱਤੀਆਂ ਇਹ ਫਿਰ ਤੁਸੀਂ ਕਿੱਥੇ ਤੁਹਾਡੀ ਸੂਈ ਅੜਦੀ ਹੈ ਕਿਹੜੀ ਦੁਨੀਆ 'ਚ ਤੁਰ ਫਿਰ ਰਹੇ ਹੋ ਯਾਰ ਤੁਸੀਂ ਇੱਥੇ ਵੀ ਵਿਤਕਰਾ ਯਾਰ ਸਮਝ ਨਹੀਂ ਆ ਰਹੀ ਵੀ ਅਜੇ ਵੀ ਵਿਤਕਰਾ ਕੋਈ ਤੁਹਾਨੂੰ ਜ਼ੋਰ ਨਹੀਂ ਪੈਂਦਾ ਸੀ ਕੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਸੀ ਤੁਸੀਂ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਇਹ ਜਿਹੜੇ ਫੇਸਬੁੱਕ ਵਿਦਵਾਨ ਉੱਥੇ ਬੋਲਦੇ ਵੀ ਇਹ ਕਿਹੜੇ ਨੌਜਵਾਨ ਹੈ ਇਹ ਰੈਜੀਮੈਂਟ ਵੱਖਰੀਆਂ ਵੱਖਰੀਆਂ ਰੈਜੀਮੈਂਟਾਂ ਬਣੀਆਂ ਵੀ ਹੈ ਇਸ ਕਰਕੇ ਮੈਨੂੰ ਤਾਂ ਬੜਾ ਅਫਸੋਸ ਹੋਇਆ ਯਾਰ ਵੀ ਇਹ ਤੁਸੀਂ ਰੈਜੀਮੈਂਟ ਨਹੀਂ ਦੱਸੀ ਵੀ ਕਿਹੜੀ ਰੈਜੀਮੈਂਟ ਦੇ ਜਵਾਨ ਸੀ ਇੱਕ ਸਿੱਖ ਲਾਈਨ ਦੇ ਸੀਗੇ ਜਿਹਨਾਂ ਦਾ ਪਿੱਛੇ ਜਿਵੇਂ ਇੱਕ ਵੀਡੀਓ ਪਾਇਆ ਸੀ ਤੇ ਉਹਦੇ ਵਿੱਚ ਜਦੋਂ ਚੀਨ ਦੇ ਬਾਰਡਰ ਦੇ ਉੱਤੇ ਚੀਨੀ ਫੌਜੀਆਂ ਨੂੰ ਧੱਕਿਆ ਤਾਂ ਉਦੋਂ ਮੈਂ ਕਿਹਾ ਸੀ ਉਦੋਂ ਵੀ ਨਹੀਂ ਨਾਂ ਲਿਆ ਇਹਨਾਂ ਨੇ ਉਦੋਂ ਕੌਣ ਸੀ ਉਹ ਵੀ ਇਸੇ ਰੈਜੀਮੈਂਟ ਦੇ ਜਵਾਨ ਸੀ ਉਦੋਂ ਬੜਾ ਬਵਾਲ ਖੜਾ ਹੋਇਆ ਸੀ ਮੇਰੀ ਵੀਡੀਓ ਤੇ ਪਰ ਭਾਈ ਸੱਚ ਸੱਚ ਹੀ ਹੈ ਜੋ ਸੱਚ ਹੈ ਅਸੀਂ ਸਾਹਮਣੇ ਲਿਆਉਣਾ ਬਸ ਇੰਨਾ ਕੀ ਅੱਜ ਵੀਡੀਓ ਕਰਨਾ ਸੀ ਕਿ ਅਜੇ ਵੀ ਵਿਤਕਰਾ ਯਾਰ ਤੁਸੀਂ ਅਜੇ ਵੀ ਵਿਤਕਰਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ।